ਵੀਡੀਓ ਬਣਾ ਰਹੇ ਹਾਂਗੇ ਮਾਸੀ ਨਾਲ, ਜਿਹਦਾ ਨਾਮ ਮਲਕੀਤ ਕੌਰ। ਮਲਕੀਤ ਕੌਰ ਹੈਗਾ, ਅਤੇ ਇਹ ਆਪਦੇ ਬਚਪਨ ਦੀਆਂ ਗੱਲਾਂ ਦੱਸਣਗੇ, ਬਚਪਨ 'ਚ ਕੀ ਕੁਛ ਕਰਦੇ ਹੁੰਦੇ ਸੀ। ਇਹ ਤੋਂ ਸਾਰੀ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਲਾਈਕ ਅਤੇ ਕਮੈਂਟ ਕਰ ਦਿਉ। ਹਾਂਜੀ ਮਾਸੀ, ਤੁਹਾਡਾ ਨਾਮ ਕੀ ਆ? ਤੁਸੀਂ ਕਿੰਨੇ ਭੈਣ ਭਰਾ ਹੋ? ਛੇ ਛੇ ਭੈਣ ਭਰਾ। ਹਾਂ, ਪੰਜ ਭੈਣਾਂ। ਅੱਛਾ ਜੀ, ਇੱਕ ਭਾਈ। ਭਾਈ ਦਾ ਨਾਮ ਕੀ ਆ? ਜਗਜੀਤ ਸਿੰਘ। ਅੱਛਾ, ਭੈਣਾਂ ਦੇ ਨਾਮ, ਸਾਰਿਆਂ ਨਾਲੋਂ ਵੱਡੀ ਭੈਣ ਦਾ ਨਾਮ ਕੀ ਸੀ? ਜਸਪਾਲ ਕੌਰ। ਅੱਛਾ, ਅਤੇ ਉਦੋਂ ਛੋਟੀ ਦਾ? ਮਲਕੀਤ ਕੌਰ। ਉਦੋਂ ਛੋਟੀ ਦਾ ਕੁਲਦੀਪ ਕੌਰ। ਅੱਛਾ ਜੀ, ਉਦੋਂ ਛੋਟੀ ਦਾ ਹਰਦੀਪ ਕੌਰ। ਅੱਛਾ ਜੀ, ਉਦੋਂ ਛੋਟੀ ਦਾ ਨਿੰਦਰਜੀਤ। ਅੱਛਾ ਜੀ, ਤੁਸੀਂ ਪੰਜ ਭੈਣ ਭਰਾ ਸੀ, ਤੁਹਾਡਾ ਜਿਹੜਾ ਬਚਪਨ ਸੀਗਾ ਅਤੇ ਉਹ ਕਿਸ ਤਰ੍ਹਾਂ ਦਾ ਸੀ? ਹੁਣ ਦੇ ਜ਼ਮਾਨੇ ਨਾਲੋਂ ਅਤੇ ਪਿਛਲੇ ਜ਼ਮਾਨੇ ਨਾਲੋਂ ਕਿੰਨਾ ਕੁ ਫਰਕ ਆ ਵੀ? ਬਾਹਲਾ ਫਰਕ ਆ। ਤੁਸੀਂ ਕਿਵੇਂ ਰਹਿੰਦੇ ਹੁੰਦੇ ਸੀ ਪਿਛਲੇ ਜ਼ਮਾਨੇ? ਸਾਰੇ ਭੈਣ ਭਰਾ ਇਕੱਠੇ ਰਹਿੰਦੇ ਸੀ। ਤੁਸੀਂ ਕੀ ਕੰਮ ਕਰਦੇ ਹੁੰਦੇ ਸੀ? ਅਸੀਂ ਤਾਣੀ ਤੰਦ ਵੀ ਕਰਦੀਆਂ ਸੀ, ਖੇਤੀ ਵੀ ਕਰਾਉਂਦੇ ਸੀ ਭਰਾ ਨਾਲ। ਅੱਛਾ ਜੀ, ਤੁਸੀਂ ਖੁਦ ਕਰਦੇ ਸੀ ਸਾਰਾ ਕੁਛ ਨਾਲ? ਖੁਦ ਨਾਲ ਕਰਦੇ ਸੀ। ਓਕੇ, ਅਤੇ ਤੁਸੀਂ ਰਾਤਾਂ ਨੂੰ ਜਿਵੇਂ ਕਿ ਹੈ ਨਾ, ਲੋਕ ਹੁਣ ਇਕੱਠੇ ਨਹੀਂ ਰਹਿੰਦੇ ਗੇ, ਬੱਚੇ ਵੀ ਮਾਂ ਬਾਪ ਆਪਦੇ ਕੋਲ ਹੀ ਰੱਖਦਾ, ਅਤੇ ਤੁਸੀਂ ਕੰਮ ਕਿਵੇਂ ਕਰਦੇ ਸੀਗੇ? ਅਸੀਂ ਸਾਡੀ ਮਾਂ ਸਾਡੇ ਕੋਲ ਗਲੋਟੇ ਟੇਰਦੀ। ਅੱਛਾ, ਅਸੀਂ ਕੱਤਦੀਆਂ। ਅਤੇ ਮਤਲਬ ਕਿ ਤੁਹਾਨੂੰ ਸਿਲਾਈ ਕੋਲ? ਹੋਰ ਕੁੜੀਆਂ ਕੋਈ ਜਾਲੀ ਬੰਨਦੀ ਦਰੀ ਦੀ, ਕੋਈ ਪੱਖੀ ਬਣਾਉਂਦੀ, ਕੋਈ ਝੋਲਾ ਕੱਢਦੀ, ਐਂ ਕੱਢਦੀਆਂ ਸੀ। ਅੱਛਾ, ਸਾਰੇ ਇਕੱਠੇ? ਕੁੜੀਆਂ ਵੀ ਹੁੰਦੀਆਂ ਸੀ ਸਾਡੇ ਕੋਲ। ਅੱਛਾ, ਅਤੇ ਸਾਰੇ ਇਕੱਠੇ ਬਹਿ ਕੇ ਕਰਦੇ ਸੀ? ਸਾਰੇ ਇਕੱਠੇ ਬੈਠ ਕੇ ਇੱਕ ਕਮਰੇ 'ਚ ਪੈਂਦੇ ਸੀ। ਅੱਛਾ ਜੀ, ਸਾਰੇ ਇਕੱਠੀ ਸਾਰੇ ਰਾਤ ਨੂੰ? ਆਂਢੀਆਂ ਗੁਆਂਢੀਆਂ ਦੀਆਂ ਕੁੜੀਆਂ ਵੀ ਸਾਡੇ ਕੋਲ ਹੁੰਦੀਆਂ ਸੀ। ਅੱਛਾ, ਉਹ ਵੀ ਰਾਤ ਨੂੰ ਇਕੱਠੇ ਪੈਂਦੇ ਸੀ? ਸਾਡੇ ਅਸੀਂ ਇੱਕ ਕਮਰੇ 'ਚ ਪੈਂਦੇ ਸਾਰੇ ਭੈਣ ਭਰਾ। ਅੱਛਾ, ਅਤੇ ਲਾਈਟ ਬੱਤੀ ਦਾ ਤਾਂ ਉਦੋਂ ਪ੍ਰਬੰਧ ਹੋਣਾ ਨਹੀਂ ਜੀ, ਦੀਵਾ ਹੁੰਦਾ ਸੀ। ਅੱਛਾ, ਦੀਵੇ ਦੀ ਰੋਸ਼ਨੀ ਨਾਲ ਸਾਰਾ ਕੁਛ ਕੀਤਾ ਜਾਂਦਾ ਸੀ? ਠੀਕ ਹੈ ਜੀ, ਅਤੇ ਲਾ ਕੇ ਪੀਪੇ 'ਤੇ ਧਰ ਲੈਂਦੇ। ਅੱਛਾ, ਕੰਮ ਕਰੀ ਜਾਂਦੇ, ਉਹਦੇ ਨਾਲ ਕੰਮ ਕਰਦੇ ਸੀ। ਅਤੇ ਰਾਤ ਨੂੰ ਤੁਸੀਂ ਇਹ ਕੰਮ ਕਰਦੇ ਸੀ ਅਤੇ ਦਿਨੇ ਖੇਤੀ ਕਰਵਾਉਂਦੇ ਸੀ? ਦਿਨੇ ਖੇਤੀ ਨਾਲ ਪਾਣੀ ਵੀ ਲਵਾਉਂਦੇ ਸੀ। ਅਤੇ ਪਸ਼ੂ ਵੀ ਰੱਖਦੇ ਹੋਵੋਗੇ ਤੁਸੀਂ? ਮੱਝਾਂ ਰੱਖਦੇ ਸੀ 6-7। ਠੀਕ ਹੈ ਜੀ, ਅਤੇ ਤੁਹਾਡੀ ਕੋਈ ਬਚਪਨ ਦੀ ਇਹੋ ਜਿਹੀ ਗੱਲ ਜਿਹੜੀ ਤੁਸੀਂ ਯਾਦ ਕਰਕੇ ਬਹੁਤ ਜ਼ਿਆਦਾ ਹੱਸਦੇ ਹੋਵੋਗੇ, ਕੋਈ ਇਹੋ ਜਿਹੀ ਗੱਲ ਹੋਵੇ? ਸਾਡੀ ਬਚਪਨ ਦੀ ਗੱਲ ਤਾਂ ਕੀ ਸੀ? ਬਚਪਨ ਦੀ ਗੱਲ ਤਾਂ ਕੀ ਸੀ ਸਾਡੀ? ਜਦੋਂ ਸਾਡੀ ਮਾਂ ਕਹਿੰਦੀ ਪਾਈਆ ਕੱਤਣਾ, ਅਸੀਂ ਜਿੰਨਾ ਕੁ ਕੱਤਿਆ ਜਾਂਦਾ ਕੱਤ ਦਿੰਦੇ। ਦੂਜਾ ਅਸੀਂ ਕਹਿ ਦਿੰਦੀਆਂ, ਸਾਡੇ ਭਾਈ ਸਾਡਾ ਕੋਲੇ ਬਹਿ ਜਾਂਦਾ, ਕਹਿ ਦਿੰਦਾ ਇਹਦੀ ਜੰਨ ਬਣਾ ਲਓ। ਉਹਦੀ ਇੱਕ ਸਹੁਰਾ ਸੱਸ ਬਣਾ ਕੇ ਦੂਜੀ ਜੰਨ ਬਣਾ ਕੇ ਅੱਗ ਲਾ ਦਿੰਦੀਆਂ ਸੀ ਪੂਣੀਆਂ ਨੂੰ। ਹੋਰ ਸਹੀ ਆ ਗੱਲ? ਅੱਛਾ, ਤੇ ਇੱਕ ਮੰਮੀ ਦੱਸਦੇ ਹੁੰਦੇ ਵੀ ਤੁਸੀਂ ਬੋਤੇ ਨੂੰ ਪਾਣੀ ਪਿਆਉਂਦੇ ਸੀ, ਉਹ ਕੀ ਗੱਲ ਸੀਗੀ? ਉਹ ਮੈਂ ਛੋਟੀ ਸੀ, ਹਰੇਕ ਕੰਮ ਦੇ ਵਿੱਚ ਵੜਦੀ ਸੀ। ਅੱਛਾ, ਤੇ ਮੈਂ ਬੋਤੇ ਨੂੰ ਪਾਣੀ ਪਿਆਉਣ ਵਾਂਗੀ, ਬੋਤੇ ਨੇ ਸੁਧੇ ਡੋਲੂ ਮੈਨੂੰ ਚੱਕ ਲਿਆ, ਤਾਂ ਹੀ ਚੱਕ ਲਿਆ। ਹਾਂ, ਤਾਂ ਹੀ ਚੱਕ ਲਿਆ, ਤੇ ਸੱਟ ਨਹੀਂ ਵੱਜੀ ਡਿੱਗਣ ਲੱਗੀ? ਸੱਟ ਨਹੀਂ ਵੱਜੀ। ਅੱਛਾ ਜੀ, ਤੇ ਫੈਮਿਲੀ 'ਚ ਹੋਰ ਕਿਹਦਾ ਗੁੱਸਾ ਸਭ ਤੋਂ ਜ਼ਿਆਦਾ ਭੈੜਾ ਸੀ? ਗੁੱਸਾ ਕੌਣ ਸਭ ਤੋਂ ਜ਼ਿਆਦਾ ਕਰਦਾ ਸੀ, ਜਿਹਦੋਂ ਡਰ ਲੱਗਦਾ ਸੀ? ਮਾਤਾ। ਉਹਨਾਂ ਤੋਂ ਡਰ ਲੱਗਦਾ ਸੀ? ਐਵੇਂ ਮਾਤਾ ਭੈੜੀ ਸੀ, ਸਾਡੀ ਗਾਲਾਂ ਦਿੰਦੀ ਸੀ ਅਸੀਂ ਕੰਮ ਕਰਦੇ ਗਲਤ। ਅੱਛਾ, ਮਾਤਾ ਤੋਂ ਚੋਰੀਆਂ ਅਸੀਂ ਪੂਣੀਆਂ ਮਚਾ ਕੇ ਲੁਕੋ ਲੁਕਾ ਦਿੰਦੇ ਸੀ, ਉਹਨੂੰ ਨਹੀਂ ਸੀ ਦੱਸਦੇ। ਠੀਕ ਹੈ ਜੀ, ਪਰ ਹੁਣ ਦੇ ਬੱਚਿਆਂ ਨੂੰ ਹਨਾ ਫੋਨਾਂ ਦਾ ਕੀ ਸੀਮਤ ਰਹਿ ਗਏ ਵੀ? ਗਾਹਾਂ ਹੁਣ ਤਾਂ ਕਿਸੇ ਨੂੰ ਕੋਈ ਕੰਮ ਦਾ ਚੱਜ ਨਹੀਂ, ਕਿਸੇ ਨੂੰ ਕੁਛ ਨਹੀਂ ਆਉਂਦਾ ਹਨਾ। ਅੱਗੇ ਬੁੜੀਆਂ ਕਿੰਨਾ ਕੰਮ ਕਰਦੀਆਂ ਸੀ, ਕੱਤਣਾ ਨਾ ਤਾਣੀ ਨਾ ਤੰਦ ਨਾ ਮੋਹ ਨਾ ਮੋਹ ਆ ਹੁਣ ਕਿਸੇ ਨੂੰ, ਕਿਸੇ ਨੂੰ ਪਿਆਰ ਨਹੀਂ ਕਿਸੇ ਦਾ, ਭੈਣ ਭਰਾ ਦਾ। ਸਹੀ ਆ, ਅਤੇ ਕੁਛ ਹੋਰ ਕਹਿਣਾ ਚਾਹੋ ਵੀ ਅੱਜ ਦੇ ਅਤੇ ਪਿਛਲੇ ਜ਼ਮਾਨੇ ਦਿਆਂ ਨੂੰ? ਅੱਜ ਦੇ ਜ਼ਮਾਨੇ ਦਾ ਤਾਂ ਜੀ ਧੱਕ ਜਗਾਇਆ ਵਿਆ, ਲੁੱਚਲੰਡ ਵੱਧਦਾ, ਮੋਹ ਕਿਸੇ ਨੂੰ ਹੈ ਨਹੀਂ। ਠੀਕ ਹੈ ਜੀ, ਥੈਂਕ ਯੂ।